ਅੱਜ ਤੁਸੀਂ ਇਹਨਾਂ ਸਮਾਂ ਕੱਢਿਆ ਸਾਰੇ ਜਣੇ ਆਇਓ ਕੈਰੀ ਆਨ ਜੱਟਾਂ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਸੋ ਸਾਡੇ ਜਿੰਨੇ ਸਟਾਰਕਾਸਟ ਬੈਠੀ ਆ ਇੱਕ ਭੱਲਾ ਸਾਹਿਬ ਮਿਸਿੰਗ ਨੇ ਉਹਨਾਂ ਲਈ ਉਹ ਵੀ ਸਾਡੇ ਕਰੀਅਰ ਦੀ ਸਾਰਿਆਂ ਜਣਿਆਂ ਦੀ ਬਹੁਤ ਅਹਿਮ ਫਿਲਮ ਹੈ ਜੀ ਇਹ ਉਹ ਫਿਲਮ ਹੈ ਜਿਹਨੇ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਕਲਾਕਾਰਾਂ ਨੂੰ ਇਨਕਲੂਡਿੰਗ ਸਾਨੂੰ ਸਾਰਿਆਂ ਨੂੰ ਰੋਟੀ ਪਾਇਆ ਸੀਗਾ ਸੋ ਥੈਂਕਸ ਟੂ ਸਮੀਪ ਭਾਜੀ ਜਿਨ੍ਹਾਂ ਨੇ ਇੰਨਾ ਅੱਛਾ ਪਲੌਟ ਮੈਨੂੰ ਅੱਜ ਤੋਂ 6-7 ਸਾਲ ਪਹਿਲਾਂ ਇੱਕ ਵਾਰੀ ਸੁਣਾਇਆ ਸੀਗਾ ਅਤੇ ਖਾਸ ਕਰਕੇ ਘੁੱਗੀ ਭਾਈ ਦਾ ਥੈਂਕਸ ਘੁੱਗੀ ਭਾਈ ਨੇ ਬੜਾ ਜ਼ੋਰ ਲਾਇਆ ਉਦੋਂ ਇਹ ਫਿਲਮ ਬਣਾਉਣ ਦੇ ਲਈ ਪਹਿਲੀ ਫਿਲਮ ਬਣਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਘੁੱਗੀ ਭਾਜੀ ਦਾ ਅਤੇ ਹੁਣ 6 ਸਾਲਾਂ ਬਾਅਦ ਉਹਦਾ ਪਾਰਟ 2 ਬਣਿਆ ਜੀ ਕਈ ਲੋਕ ਪੁੱਛਦੇ ਨੇ ਵੀ ਇੰਨੀ ਲੇਟ ਕਿਉਂ ਸੋ ਪਹਿਲੇ 2-3 ਸਾਲ ਤਾਂ ਸਾਨੂੰ ਇਹੀ ਲੱਗਦਾ ਰਿਹਾ ਕਿ ਯਾਰ ਬਹੁਤ ਜਲਦੀ ਆ ਹਲੇ ਕਿਉਂਕਿ ਹੁਣ ਤੱਕ ਲੋਕ ਮੈਨੂੰ ਐਂ ਕਹਿੰਦੇ ਨੇ ਮੈਨੂੰ ਅੱਜ ਤੱਕ ਮੈਨੂੰ ਕੋਈ ਨਹੀਂ ਇੱਦਾਂ ਦਾ ਮਿਲਿਆ ਜਿਹਨੇ ਕਿਹਾ ਹੋਵੇ ਮੈਂ ਕੈਰੀ ਓਨ ਜੱਟਾ 1 ਵਾਰੀ ਦੇਖੀ ਆ ਸੋ ਹਰ ਬੰਦਾ ਇੱਦਾਂ ਦਾ ਮਿਲਦਾ ਜਿਹਨੇ ਕਹਿੰਦਾ ਮੈਂ 10 ਵਾਰੀ ਦੇਖੀ ਆ 20 ਵਾਰੀ ਦੇਖੀ ਆ ਕਈ ਲੋਕ ਤਾਂ 1 ਵਾਰੀ ਕਹਿ ਦਿੰਦੇ ਆ ਸਮਝ ਨਹੀਂ ਆਉਂਦੀ ਵੀ ਝੂਠ ਬੋਲ ਰਹੇ ਨੇ ਕੀ ਕਹਿ ਰਹੇ ਨੇ ਸੋ 6 ਸਾਲ ਇਸੇ ਕਰਕੇ ਲੱਗ ਗਏ ਜੀ ਕਿ ਇੱਕ ਚੰਗਾ ਪ੍ਰੋਡਕਟ ਬਣਾਉਣਾ ਸੀਗਾ ਇੰਨੀ ਵੱਡੀ ਕਾਸਟ ਨੂੰ ਇਕੱਠੇ ਕਰਨ ਦੇ ਲਈ ਟਾਈਮ ਲੱਗਦਾ ਵਾ ਔਰ ਫਿਲਮ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਤਜਰਬੇ ਨਹੀਂ ਕੀਤੇ ਹੈਗੇ ਅਸੀਂ ਸੋਚਿਆ ਸੀਗਾ ਕਿ ਪਹਿਲੀ ਫਿਲਮ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਔਰ ਲੋਕ ਜਿਹੜੇ ਕੈਰੀ ਓਨ ਜੱਟਾ 2 ਦੇਖਣ ਆਉਣਗੇ ਉਹ ਇਹ ਸੋਚ ਕੇ ਆਉਣਗੇ ਕਿ ਯਾਰ ਪੁਰਾਣੀ ਕੈਰੀ ਓਨ ਜੱਟਾ 'ਚ ਇੱਦਾਂ ਦਾ ਕੁਛ ਸੀਗਾ ਇਹਦੇ 'ਚ ਵੀ ਉੱਦਾਂ ਦਾ ਮਸਾਲਾ ਹੋਊਗਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਨਵੀਂ ਚੀਜ਼ ਬਣਾ ਕੇ ਇੱਕਦਮ ਉਹਨਾਂ ਨੂੰ ਡਰਾ ਦਈਏ ਹਾਂ ਥਾਟ ਸਟੋਰੀ ਕਹਾਣੀ ਨਵੀਂ ਹੈ ਪੁਰਾਣੀ ਨਾਲ ਕੋਈ ਰਿਲੇਟ ਨਹੀਂ ਹੈ ਨਵੀਂ ਤੋਂ ਸ਼ੁਰੂ ਹੋਈ ਹੈ ਬਟ ਕਰੈਕਟਰ ਉੱਦਾਂ ਦੇ ਹੀ ਨੇ ਸੋ ਹਨੀ ਹਨੀ ਹੈ ਗੋਲਡੀ ਗੋਲਡੀ ਹੈ ਸੋ ਇੱਧਰ ਤਾਜੀ ਦਾ ਕਰੈਕਟਰ ਥੋੜ੍ਹਾ ਜਿਹਾ ਬਦਲਿਆ ਹੈ ਪਿਛਲੀ ਵਾਰੀ ਇਹ ਤਾਜੀ ਸੀ ਇਸ ਵਾਰੀ ਵਿੱਚ ਵੀ ਕੁਛ ਹੋਰ ਕਰ ਰਹੇ ਨੇ ਅਤੇ ਉਮੀਦ ਹੈ ਜੀ ਸਾਰਿਆਂ ਨੂੰ ਵਧੀਆ ਲੱਗੂ ਕਨਫਿਊਜ਼ਨ ਦੀ ਫਿਲਮ ਹੈ ਜੀ 5-5 ਫਿਲਮ ਹੈ ਔਰ ਬੈਂਗ ਔਨ ਕਾਮੇਡੀ ਹੈ ਉਹੀ ਮੈਡਨੈਸ ਹੈ ਜੀ ਜਿਹੜੀ ਪਿਛਲੀ ਵਾਰੀ ਸੀਗੀ ਔਰ ਇੱਕ ਚਿਹਰਾ ਫੀਮੇਲ ਸਟਾਰਕਾਸਟ ਦੇ ਵਿੱਚ ਹੈ ਦੋ ਚਿਹਰੇ ਮਿਲ ਗਏ ਜੀ ਉਪਾਸਨਾ ਮੈਮ ਔਰ ਸੋਨਮ ਸੋ ਤੁਹਾਨੂੰ ਪੁੱਛਣਾ ਹੋਇਆ ਕਿੱਦਾਂ ਦਾ ਮਤਲਬ ਇਸ ਪੋਸਟਰ ਦੇ ਉੱਤੇ ਤੁਸੀਂ ਜੋ ਹੈ ਸੇਰੀ ਖੜੇ ਜਾਂ ਕਦਮ ਨਹੀਂ ਹੱਥ ਪਾਵੇ ਇਹ ਮਤਲਬ ਜ਼ਿਆਦਾ ਕੁਝ ਸਾਰਾ ਹੋਈ ਹੈ ਸੀ ਜਿਨ੍ਹਾਂ ਨੇ ਪਹਿਲੀ ਫਿਲਮ ਦੇਖੀ ਹੈ ਕੈਰੀ ਓਨ ਜੱਟਾ 1 ਫਿਲਮ ਜਿਹੜੀ ਆ ਇਟਸ ਫੁੱਲ ਆਫ ਲਾਫਟਰ ਐਂਡ ਮੈਡਨੈਸ ਸੋ ਜਦੋਂ ਤੁਸੀਂ ਇੱਦਾਂ ਦੇ ਮਾਹੌਲ ਦੇ ਵਿੱਚ ਹੁੰਦੇ ਹੋ ਗਰਲ ਆਈ ਮੀਨ ਐਵਰੀ ਵਨਸ ਬਾਊਂਡ ਟੂ ਗੋ ਕਰੇਜ਼ੀ ਬਟ ਮੈਂ ਇਹ ਕਹਿਣਾ ਚਾਹੂੰਗੀ ਕਿ ਆਈ ਐਮ ਵੈਰੀ ਥੈਂਕਫੁੱਲ ਟੂ ਮਾਈ ਪ੍ਰੋਡਿਊਸਰਸ ਮਾਈ ਡਾਇਰੈਕਟਰ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਫਰੈਂਚਾਈਜ਼ੀ ਔਰ ਇੰਨੀ ਵੱਡੀ ਫਿਲਮ ਦਾ ਪਾਰਟ ਹੋਣਾ ਐਂਡ ਆਈ ਥਰਲੀ ਇੰਜੋਇਡ ਸੈੱਟ 'ਤੇ ਬਹੁਤ ਜ਼ਿਆਦਾ ਮਜ਼ਾ ਆਇਆ ਕੰਮ ਕਰਕੇ ਐਂਡ ਆਈ ਹੋਪ ਕਿ ਉਸ ਤੋਂ ਜ਼ਿਆਦਾ ਮਜ਼ਾ ਲੋਕ ਜਦੋਂ ਦੇਖਣਗੇ ਉਹ ਇੰਜੋਏ ਕਰਨਗੇ ਹਨੀ ਪਿਛਲੀ ਫਿਲਮ ਦੇ ਵਿੱਚ ਵੀ ਸਿਆਪਿਆਂ ਚੋਂ ਕੱਢਦਾ ਸੀ ਐਤਕੀ ਵੀ ਕੱਢਦਾ ਹੀ ਹੈ ਚਿੰਤਾ ਨਾ ਕਰੋ ਸਿਆਪੇ ਪਾਉਣ ਵਾਲਾ ਨਹੀਂ ਹੈਗਾ ਇਹ ਤਾਂ ਇਹਨਾਂ ਨੂੰ ਲੱਗਦਾ ਨਾ ਪਿਛਲੀ ਫਿਲਮ 'ਚ ਵੀ ਜਿਹੜਾ ਇਹਨਾਂ ਨੇ ਕੱਢਿਆ ਵਾ ਪਤਾ ਹੀ ਸੀ ਸਾਰਿਆਂ ਨੂੰ ਵੱਡੇ ਕਿ ਹਨੀ ਇਸ ਵਾਰ ਵੀ ਲੋਕਾਂ ਨੂੰ ਉਨਾ ਹੀ ਮਿੱਠਾ ਲੱਗੇਗਾ ਜਿੰਨਾ ਪਿਛਲੀ ਫਿਲਮ ਦੇ ਵਿੱਚ ਸੀ ਸਗੋਂ ਐਰ ਕਿ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਵਾਈਲਡ ਟਾਈਪ ਦਾ ਹਨੀ ਲਿਆਉਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਜ਼ਿਆਦਾ ਔਰਗੈਨਿਕ ਜਿਹੜਾ ਹਨੀ ਹੈ ਉਹ ਇਸਤੇਮਾਲ ਕੀਤਾ ਇਹਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਇਹੀ ਹੈ ਜੀ ਗੱਲ ਰੀਅਲੀ ਵੈਰੀ ਐਕਸਾਈਟਡ ਜੀ ਕਿਉਂਕਿ ਫਸਟ ਮੂਵੀ ਨੂੰ ਸਾਰਿਆਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਅਤੇ ਸੈਕਿੰਡ ਮੂਵੀ ਬਣ ਨੂੰ 6 ਸਾਲ ਲੱਗ ਗਏ ਜੀ ਹਰ ਵਾਰ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਪੋਸਟਾਂ ਪੈਂਦੀਆਂ ਰਹਿੰਦੀਆਂ ਸੀ ਅਤੇ ਜਿੰਨੇ ਵੀ ਤੁਹਾਡੇ 'ਚ ਆਉਣ ਵਾਲੇ ਨੇ ਤਾਂ ਉਹ ਮੈਸੇਜ ਕਰਦੇ ਰਹਿੰਦੇ ਸੀ ਫੇਸਬੁੱਕ 'ਤੇ ਜਿੰਨੀ ਮਰਜ਼ੀ ਵੱਡੀ ਫਿਲਮ ਕਰ ਲਓ ਤੁਸੀਂ ਉਸ ਤੋਂ ਬਾਅਦ ਪਰ ਲਿਖਿਆ ਹੁੰਦਾ ਸੀ ਲਾਸਟ ਦੇ ਵਿੱਚ ਕਹਿੰਦੇ ਬਹੁਤ ਸੋਹਣੀ ਆ ਬਹੁਤ ਘੈਂਟ ਕੰਮ ਕੀਤਾ ਪਰ ਕੈਰੀ ਓਨ ਜੱਟਾ 2 ਕਦਵਾ ਰਹੀ ਹੈ ਨਾ ਸੋ ਵਾਹਿਗੁਰੂ ਦਾ ਬੜਾ ਸ਼ੁਕਰੀਆ ਅਦਾ ਕਰਦਾ ਜੀ ਐਂਡ ਸਾਡੇ ਪ੍ਰੋਡਿਊਸਰਸ ਨੇ ਐਂਡ ਏ ਐਡਵਾਈਜ਼ਰਸ ਐਂਡ ਵਾਈਟਲ ਤੋਂ ਇਹਨਾਂ ਨੇ ਇਹ ਉਦਮ ਕੀਤਾ ਜੀ ਅਤੇ ਗਿੱਪੀ ਵੀਰ ਹੋਣਾ ਦਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸਾਡੇ ਡਾਇਰੈਕਟਰ ਸੁਨੀਪ ਕੰਗ ਦਾ ਜਿਨ੍ਹਾਂ ਨੇ ਫਿਰ ਸਾਰੀ ਕਾਸਟ ਇਕੱਠੇ ਕਰਨ ਦੇ ਵਿੱਚ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਹੱਥ ਹੈ ਜੀ ਸਾਰੇ ਇਕੱਠੇ ਨਾ ਹੁੰਦੇ ਅਸੀਂ ਸਾਰਿਆਂ ਨੇ ਇਕੱਠੇ ਨਹੀਂ ਹੋਣਾ ਸੀਗਾ ਅਤੇ ਬਹੁਤ ਵਧੀਆ ਮੂਵੀ ਜੀ ਫੁੱਲ ਔਨ ਕਮੇਡੀ ਤੁਹਾਨੂੰ ਸਾਰਿਆਂ ਨੂੰ ਬੇਹੱਦ ਪਸੰਦ ਆਊਗੀ ਅਸੀਂ ਐਕਸਾਈਟਡ ਹਾਂ ਅਸੀਂ ਵੀ ਇੱਕ ਤਰੀਕ ਨੂੰ ਆਊਗੀ ਕੈਰੀਅਰ ਜਿੱਦਾਂ ਪਹਿਲੀ ਵਾਰ ਦੇਖੀ ਸੀ ਬਹੁਤ ਮੈਨੂੰ ਅੱਛੀ ਲੱਗੀ ਉਦੋਂ ਮੇਰੀ ਜੈਕਟ ਜੂਲੀਅਟ ਆਈ ਸੀ
और मैं मेरे ब्रदर से भी नया नया हिस्सा ले रही है और सभी के नाल मैं ऑलरेडी काम कर चुकी है और मेरा सब तो बड़ा रीजन ये फिल्म करने का है तो वो सभी जी है क्योंकि इनका नाल मैं पहला काम किया था मैं इतना कंफर्टेबल लगा और जिन्हें तुम जानते हो पंजाब के बेस्ट डायरेक्टर्स जो क्या कहता सभी जी शायद नंबर वन हो गए तो मुझे बड़ा अच्छा लगा जितनी भी क्लास कर रहे थे और शायद मेरा वो कैरेक्टर विच आना एक छोटा प्लस होगा करमजीत अनमोल सर मल्टी टैलेंटेड पर्सन बड़ी खूबसूरत आवाज बड़े खूबसूरत एक्टर सर इस कैरेक्टर में विच है गाड़ी होती है होगी और ये सर बिल्कुल ही गाड़ी बनी भी हुई है खाली उतरी नहीं ज्यादा ही आ गई थी कुछ पहला मतलब गिप्पी का सारा सब गिप्पी ने भी प्यार सारा था तो बहुत बढ़िया कैरेक्टर है जी बड़ा मजा आया क्योंकि सारी जिन्नी भी कास्ट बैठी है थे सारे बढ़िया कलाकार ने जी बहुत बढ़िया कलाकार ने बहुत सीखने को मिला इन्होंने और सब तो बड़ी गल यह है कि जी कैरी ऑन जट्टा फिल्म से साढ़े सारे पूरी फिल्म इंडस्ट्री लिए एक मील पत्थर साफ हुई और उस कदम से अज तक तुर रहे हैं कैरी ऑन जट्टा का कट्टा अज तक खा रही है सारी कास्ट सर सारे ने ना जोड़े के सेम पर तो आटा चेंज कर देता है इसका ये मतलब और जो है व्याये और छड़े ये भी जरी कंफ्यूजन है और एक खूबसूरत जो एग्जांपल ऐसी देख बैठे हैं ये होन के लिए खिलाड़ी थे जिसको हमने सीख लिया था ना बड़े शरीफ आदमी है तुसी हैं कितने फंस जाते हो हर बार सस्तिका जी सारे ने सब तो पहला मैं अपने डायरेक्टर साहब का थैंक्स करना चाहूंगा और प्रोड्यूसर साहब का थैंक्स करना चाहूंगा कि उन्होंने कैरी ऑन जट्टा क्रू में मैंने शामिल किया है देखो जिस तरह जीपी पाजी ने किया है कि 6 साल हो गए कैरी ऑन जट्टा क्रू बनाने के लिए तो पहली जड़ी सी कैरी ऑन जट्टा वन उन्हें 6 साल तक ड्यूटियां दी हैं सानू तो 6 साल की होर बुक हो गई मेरा जरा कैरेक्टर है वो बेशक थोड़ा लगता है कि नाम चेंज है ये है और बेटी का प्यो दिखाया पर जिस तरह कैरी ऑन जट्टा वन मेरा कैरेक्टर सीखा लोगों ने एंजॉय किया तो मैंने लगता है इस कैरेक्टर को भी लोग बहुत एंजॉय करेंगे क्योंकि खास मेरे जड़े दोस्त हैं वीनू फिलो जी उन्हां नाल बहुत खलारा पैंदा है फिर कुकी जी नाल भी है काफी सीक्वेंसेस और पल्ला जी नाल भी है और गिप्पी गरेवाल जी नाल भी है तो जो इन्ने जड़े पिलर्स हैं कॉमेडी के पंजाबी इंडस्ट्री के जड़े पिलर्स हैं जो उन्हां विच मैनू मौका मिलदा काम करन नू तो मेरिया गलतियां वैसे छुप जांदियां हैं मैं यही वादा करता है कि जेड़ा पहला कैरी ऑन जट्टा वन दे विच मेरा कैरेक्टर सीगा वो तो ये ऊपर ही होएगा वो तो कट नहीं होएगा ते सानू इस गलती बड़ी खुशी है कि कैरी ऑन जट्टा टू बड़ी है और मेरी जड़ी अंतर आत्मा वो कहती है कि कैरी ऑन जट्टा थ्री भी बड़ी मैं पिक्चर देखी है एंड आई एम श्योर सारे बहुत अच्छे थैंक
मैं लगता जी यदा राइट जवाब तो सनी भाजी दे सकते हैं जी। वैसे फिल्म के अकॉर्डिंग जो मैं दस सकता जी, क्योंकि कोई भी जो पंजाबी की फिल्म आती है तो पुरानिया स्क्रीनों नालों ऑटोमैटिकली बढ़ जाती ने, क्योंकि जिमें जिमें इंडस्ट्री का ग्राफ वड्डा हो रहा वो चीज़ा बढ़ रही हैं। ਇਹ ਵੱਡੀ ਫਿਲਮ ਹੈ ਜਿਹਦਾ ਲੋਕਾਂ ਨੂੰ ਕਾਫੀ ਦੇਰ ਤੋਂ ਇੰਤਜ਼ਾਰ ਸੀਗਾ, ਔਰ ਸਿਨੇਮਾ ਦੀ ਜਿਹੜੀ ਇੰਡਸਟਰੀ ਆ, ਜਿਹੜੇ ਸਿਨੇਮੇ ਵਾਲੇ ਲੋਕ ਨੇ ਉਹਨਾਂ ਨੂੰ ਵੀ ਲੱਗਦਾ ਕਿ ਯਾਰ ਇਹ ਵੱਡੀ ਫਿਲਮ ਆ, ਆਟੋਮੈਟਿਕਲੀ ਸਾਨੂੰ ਸਕਰੀਨਾਂ ਵੱਧ ਮਿਲ ਜਾਂਦੀਆਂ ਨੇ ਉਸ ਕਰਕੇ। ਬਟ ਜੇ ਐਗਜ਼ੈਕਟ ਫਿਗਰਾਂ ਦੀ ਗੱਲ ਕਰੀਏ ਤਾਂ ਸਨੀ ਭਾਜੀ ਦੱਸ ਸਕਦੇ। ਹਾਂਜੀ ਸਰ, ਤਕਰੀਬਨ ਅਸੀਂ 800 ਸਕਰੀਨ ਲਾ ਰਹੇ ਹਾਂ ਵਰਲਡ ਵਾਈਡ। ਮਜ਼ੇ ਦੀ ਗੱਲ ਇਹ ਕਿ ਕੈਰੀਓਨ ਜੱਟਾ ਪਹਿਲੀ ਅਸੀਂ ਡੀਵੀਡੀ ਰਾਈਟ ਵੇਚੀ ਸੀ ਪਾਕਿਸਤਾਨ ਦੇ ਵਿੱਚ, ਉਹਦੇ ਪਾਕਿਸਤਾਨ ਹਾਲ ਦੇ ਵਿੱਚ ਡੀਵੀਡੀ ਤੇ ਲੋਕਾਂ ਨੇ ਵੇਖੀ ਸੀ ਔਰ ਬਹੁਤ ਪਿਕਚਰ ਦੇਖੀ ਸੀ ਸਿਰਫ ਡੀਵੀਡੀ ਤੇ ਹਾਲ ਦੇ ਵਿੱਚ। इस बार अभी फिल्म डायरेक्टर से पाकिस्तान सेम दिन खोल रहे हैं, सारे जरा पाकिस्तान पंजाब है उत्थे, और उत्थे भी एडवर्टाइजमेंट चंगी चल रही है। असं अगर देखा हो तो उत्थे लोगों के रिव्यू भी बहुत आए हैं, ट्विटर के रिव्यू, तो साढ़े लिए बहुत माण की गल है कि अच्छ असी लेंदे पंजाब के अभी फिल्म असं ला रहे हैं जी। बाकी असं नवी टेरेटरीज एज यूजुअल खोलते हैं, इस बार असं कुछ नवी टेरेटरीज खोल रहे हैं जिसे साढ़े थाईलैंड, थाईलैंड के काफ़ी फिल्म असं लाने की कोशिश कर रहे हैं, काफ़ी प्रिंट्स, तो ये तकरीबन 800 प्रिंट का कहना जी ला रहे हैं वर्ल्ड वाइड। इनकम टैक्स डिपार्टमेंट तो नहीं। देखो जी, मैं कहूंगा नवी टैलेंट की कोई भी कीमत मैं नहीं ला सकता, कीमत होंगी भी नहीं। अगर मैं ये फिल्म बना रहा, अगर असं फिल्म बनाई है, इन्हों स्टारका सारे इकट्ठे करके, और साडा आई थिंक इट्स अ गुड लक फॉर अस कि सारे स्टारका आई है, साडे नाल फिल्म बनी है, साडे लई बहुत वड्डी इह गल है जी। पैसे तो सैकेंडरी है साडे। तुहानू किद्दां दी लग रही है? साडे तां 22 तां वी घट लग रही है। देखो मैं सोचा 22 दी, बहुत बार मैं कह रही थी किन्ने साल दी, मैं 22 दी है, हुण मैं सोचा मैं 19 दी हो जावां तां ज्यादा ठीक है, मेरे भाजी दे जी फराक पा के हुशियारपुर खेलदी फिरदी। मतलब सानू कट्ठे कर दे ते वीक दे बनदे आ असीं। बहुत वधिया जी, क्योंकि तो वैसे साड़ी टीम से बहुत रौनक लगती सी, क्योंकि बड़े टाइम दे असी कट्ठे हाँ सारे जाने, काफ़ी टाइम तो यह टीम कट्ठी नहीं सी हुई, बट वैसे असी सारे कट्ठे ही सीगे डेली, साडा फ्रेंड सर्कल एक फैमिली फ्रेंड्स, असी सारे एक दूजे नाल बहुत इंजॉय किया जी फिल्म दे विच, बहुत फन किया। और बट सोनम की गल करा तो मैं सोनम नाल असी पहला मंजे बिस्तरे हुणे रिलीज़ की सी, हले वो सी, बट पहली फिल्म भी सोनम की मेरे नाल सी बेस्ट ऑफ लक, उस तो बाद मंजे बिस्तरे, तो मंजे बिस्तरे तो बाद हुण कैरीओन जट्टा जी। सो बहुत फन होया जी पूरा बैंग ऑन तरीके नाल। सोनम ने कहा जी मैं जलेबियां नहीं खानियां, पर तां वी खांदी सीगी सैट ते। की आ गया जी उन्होंने देखे? हाँ जी हाँ जी, एक्चुअली सारी फिल्म देख के भी आसा होगा जी, तुम पूरा पूरा फिल्म की फिल्म इदा दी है जी, और इदा कंटेंट ही इदा वा। सो अलग अलग तरीके फिल्म होंदिया ने, किसी कुछ होंगे ये बैंग ऑन कॉमेडी है जी, 5-5 फिल्म है, और एक सीन भी इदा का नहीं है, जी इनफॉर्मेशन वाले सीन ने वो भी लाफ्टर वाले सीन ने। सो मैं लगता कि बड़ी देर बाद असी तो आप किन्ने देर बाद इन्नी मैंने याद आ, मैं सूबेदार की शूटिंग तो आके कैरीओन जट्टा कर लग्या सीगा, मैं तो एडजस्ट ही नहीं सी हो रहा की हो गया मेरे नाल। सो तुसी इंजॉय करोगे जी, खूब वधिया फिल्म है जी बहुत। एडजस्ट कर करिए जी, है जी।
हाँ जी हाँ जी बॉम्बे च देखी सी जी अच्छा जी अच्छा जी बिल्कुल जी क्योंकि ज़्यादा हिंदी पंजाबी को फर्क तो नहीं है जी फिल्मों तो उदा ही बन दिया लैंग्वेज का माड़ा मोटा फर्क है ऑलमोस्ट सेम ही चल रहा तो बस करी जा रहे जी एडजस्ट चंगी लगती जी अच्छा जी नहीं जी एक्चुअली इदा का कुछ नहीं है माही जी इज डूइंग हिंदी स्टफ उन्हों का काफ़ी वो हिंदी वाला चल रहा तो वह बिजी ने उधर तो हूँ जो असी फिल्म बनाई सी तो जो सा टॉक हुई स्टार्ट हुई कन्वरसेशन सो उस वजह करके कोई इस करके नहीं है कि असी जो उन्होंने नहीं लेना चाहते ज इन्हों कुछ हो सगा और दूसरा की है कि साडा लेटैसट मेरी तो सोनम की जी फिल्म सी मंजे बिस्तरे वो बड़ी हिट गई सक्सैसफुल गई सो आपां हुंदा कि जदों असीं दुबारा रिपीट करदे हां तां उह जोड़ी नूं दुबारा लैके आउंदे हां तां इक उस चीज़ दा वी पंच बनदा है फिल्म दे विच और मैनूं लगदा इही है बाकी जी सारे नूं तां हले ठीक ही लग्गिया जी ਨਹੀਂ ਵੱਖਰਾ ਟਾਈਮ ਦੇ ਦੇ ਉਹਨਾਂ ਨੂੰ ਬਾਅਦ ਚ ਹਾਂਜੀ ਨਹੀਂ ਯਾ ਜਸਦੀ ਜੀ ਐਕਚੁਅਲੀ ਸਾਰਿਆਂ ਦੇ ਨਾਮ ਸੇਮ ਨੇ ਜੀ ਆਲਮੋਸਟ ਮੈਨੂੰ ਬਾਈ ਦਾ ਗੋਲਡ ਹੀ ਸੀ ਪਹਿਲਾਂ ਵੀ ਹੁਣ ਵੀ ਗੋਲਡ ਹੀ ਉਹ ਭੱਲਾ ਸਾਹਿਬ ਤੇ ਲੋ ਸੀਗੇ ਹਨੀ ਜੀ ਜਸ ਸੀਗੇ ਕੁਝ ਕਹਿਣ ਨੂੰ ਕਰਦੇ ਨੇ ਤੇ ਕਹਿਣਾ ਸੀ ਕੁਛ ਅੱਛਾ ਤੁਸੀਂ ਕਹਿ ਰਹੇ ਮੇਰੇ ਸੋ ਨਾਮ ਸੇਮ ਹੀ ਨੇ ਜੀ ਸਾਰਿਆਂ ਦੇ ਆਲਮੋਸਟ ਤੇ ਐਂਟਾਇਰ ਕਾਸਟ ਕਿਉਂਕਿ ਸੀਕੋ ਦਾ ਕੋਸ਼ਿਸ਼ ਕੀਤੀ ਹੈ ਕਿ ਉਸੇ ਪੈਟਰਨ ਦੀ ਫਿਲਮ ਬਣਾਈ ਜਾਵੇ ਔਰ ਕਈ ਚੀਜ਼ਾਂ ਪੁਰਾਣੀਆਂ ਲੋਕਾਂ ਨੂੰ ਯਾਦ ਸੀ ਜਿਵੇਂ ਕਾਲਾ ਕੋਟ ਗੰਦੀ ਅਲਾਦ ਸੋ ਚੀਜ਼ਾਂ ਅਸੀਂ ਥੋੜੀਆਂ ਥੋੜੀਆਂ ਇਹਦੇ 'ਚ ਆਲਰੇਡੀ ਉਵੇਂ ਹੀ ਰੱਖੀਆਂ ਨੇ ਹੈਗਾ ਤਾਂ ਹੈਗਾ ਮੇਰਾ ਵੀ ਇੱਕ ਰੋਲ ਹੈਗਾ ਜੀ ਪਹਿਲਾਂ ਮੈਂ ਜਿਵੇਂ ਦੱਸਿਆ ਇਹ ਪਹਿਲਾਂ ਗਿੱਪੀ ਨਾਲ ਸਾਥ ਸੀ ਉਹਦੇ ਵੀ ਪਿਓ ਦਾ ਸਾਥ ਬਣਾ ਦਿੰਦੇ ਔਰ ਵਧੀਆ ਕੈਰੈਕਟਰ ਹੈ ਜੀ ਔਰ ਸਰਦਾਰ ਦਾ ਕੈਰੈਕਟਰ ਇਹ ਇਹੋ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾਲਾ ਵਿੱਚ ਵਿਚਾਰਾ ਵਿੱਚ ਵਿਚਾਰਾ ਵੀ ਬੋਲੇ ਨਹੀਂ ਸੋ ਇਹਦਾ ਕੈਰੈਕਟਰ ਹੈ ਸਸ਼ੀਕਾਲ ਸੁਨੀਲ ਮੈਂ ਯੋਗੇਸ਼ ਪੰਜਾਬ ਐਜੂਕੇਸ਼ਨ ਤੋਂ ਮੇਰਾ ਸਵਾਲ ਤੁਹਾਨੂੰ ਇਹ ਹੈ ਜੀ ਪਹਿਲੀ ਕੈਰੀਅਰ ਜਿਹੜਾ ਇੱਕ ਟ੍ਰੈਂਡ ਸੈੱਟ ਕਰਦੀ ਗਈ ਸੀ ਤੇ ਜਦੋਂ ਆਪਾਂ ਦੂਜੀ ਵਾਰੀ ਸੋਚਦੇ ਹਾਂ ਤਾਂ ਇੱਕ ਜ਼ਿੰਮੇਵਾਰੀ ਵੀ ਨਾਲ ਹੁੰਦੀ ਹੈ ਕਿ ਯਾਰ ਇਹ ਵੀ ਸ਼ਾਇਦ ਉਨੀ ਹਿੱਟ ਹੋ ਪਾਊਗੀ ਜਾਂ ਨਹੀਂ ਕਿ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਸੀ ਕਿ ਉਸ ਪ੍ਰੈਸ਼ਰ ਦੇ ਕਾਰਨ 6 ਸਾਲ ਦਾ ਸਮਾਂ ਲੱਗ ਗਿਆ ਦੂਜੀ ਆਉਣ ਦੇ ਜੀ ਬਿਲਕੁਲ ਪ੍ਰੈਸ਼ਰ ਹਲੇ ਵੀ ਹੈਗਾ ਕਿ ਮੈਂ ਕੋਈ ਆਪਾਂ ਕਹਿ ਨਹੀਂ ਸਕਦੇ ਫਿਲਮ ਬਹੁਤ ਚੰਗੀ ਹੋਊਗੀ ਬਸ ਹੋਪ ਕਰ ਸਕਦੇ ਹਾਂ ਪਹਿਲੀ ਵਾਰ ਵੀ ਮੈਨੂੰ ਪਤਾ ਦਾ ਪ੍ਰੀ ਗਾਰਡਸ ਵੀ ਚੱਲ ਰਹੇ ਆ ਚੱਲ ਕੋਈ ਡਰ ਸੀ ਜਿਹਦੇ ਕਰਕੇ 6 ਸਾਲ ਲੱਗ ਗਏ ਹਨਾ ਜੀ ਤੇ ਹਲੇ ਵੀ ਪ੍ਰੀ ਕਰਦੇ ਆ ਹੋਪ ਕਰਦੇ ਆ ਕਿ ਜਿਵੇਂ ਪਹਿਲੀ ਫਿਲਮ ਸਾਨੂੰ ਨਹੀਂ ਕਿਸੇ ਸੈਂਟੀਮੈਂਟ ਸੀਗੇ ਕਿ ਉਹ ਫਿਲਮ ਬਣਾਉਣਾ ਚਾਹੁੰਦੇ ਸੀ ਇਹ ਪਹਿਲਾ ਰੀਜ਼ਨ ਤੇ ਫਿਰ ਉਸ ਤੋਂ ਬਾਅਦ ਜਦ ਮਨ ਬਣਾਈ ਗਿਆ ਕਿ ਫਿਲਮ ਬਣਾਉਣੀ ਹੈ ਫਿਰ ਕਿਉਂਕਿ ਵੀ ਬਾਕੀ ਡਰ ਛੱਡ ਕੇ ਹੁਣ ਫਿਲਮ 'ਤੇ ਕੰਸਨਟਰੇਟ ਕਰਦਾ ਔਰ ਆਪਣੀ ਪੂਰੀ ਜਿੰਨੀ ਜਿੰਨੇ ਕਾਬਲ ਹੈਗੇ ਆ ਉਹਦੇ ਅਕੋਰਡਿੰਗ ਫਿਲਮ ਬਣਾ ਕੇ ਬਖੂਬੀ ਬਣਾ ਕੇ ਲੈ ਕੇ ਆਏ ਜੀ ਸੋ ਫਸਟ ਟਾਈਮ ਆਈ ਥਿੰਕ ਓਨਲੀ ਰੀਜ਼ਨ ਜਿਹੜਾ ਸੀਗਾ ਸੀਕੁਅਲ ਸ਼ੁਰੂ ਕਰਨ ਦਾ ਬਹੁਤ ਕਿ ਗਿੱਪੀ ਭਾਜੀ ਦਾ ਮਨ ਸੀ ਵੀ ਹੁਣ ਬਹੁਤ ਦੇਰ ਹੋ ਗਈ ਹੈ ਸੀਕੁਅਲ ਬਣਾਉਣਾ ਚਾਹੀਦਾ ਤਾਂ ਫਿਰ ਉਹਨਾਂ ਦੇ ਸੈਂਟੀਮੈਂਟ ਦੀ ਰਿਸਪੈਕਟ ਕਰਦੇ ਹੋਏ ਫਿਰ फिल्म बननी सी 5-5 कॉमेडी वाली सो मैं बहुत पंजाबी दे डायरेक्टरां नाल काम कीता मैं खुद भी फिल्म डायरेक्ट की अरदास मैं लिखिया भी मैनू लगता कि कॉमेडी दे विच कोई समीप भाजी का हाथ नहीं फट सकता है जिस तरह की यह फिल्म बनाते हैं या जिस तरह की इन्हों की कमांड है कॉमेडी फिल्म के उत्ते सो फिल्म रोंग उदों पैंदियां ने जदों बंदे का टैलेंट कुछ होर हुंदा ते आपां उहनूं जबरदस्ती कन्विंस करके कोई उहदे तों होर चीज़ बनाउंदे आ सो असी भी बनाईआं ने उह चीज़ां रोंग गईआं बट मैनूं लगदा कि इस फिल्म लई तां मैनूं बड़ा कॉन्फिडेंस सी भाजी दे कि पुराणी नूं बीट कर जाणगे और प्रैक्टिकली हुण जदों तक फिल्म बनी है जिन्हां जिन्हां ने फिल्म देखी है सानूं लग रिहा कि पिछली फिल्म नालों उपर दी फिल्म है और तुम देखोगे बाकी दस्यो जी आके सामने आए नहीं थोड़े दिन रह गए हूँ बस ओके okay.
ਸੋ ਓਪਨ ਕੁਐਸਚਨ।